ਪੰਜਾਬ ਬਾਣੀ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਇਲਾਕੇ 'ਚ ਚੱਲ ਰਿਹਾ ਨਜਾਇਜ਼ ਮਾਈਨਿੰਗ ਦਾ ਧੰਦਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਰੇਤ ਨਾਲ ਭਰੀਆਂ ਟਰੈਕਟਰ ਟਰਾਲੀਆਂ ਅਤੇ ਟਰਾਲੇ ਲੋਕਾਂ ਲਈ ਖਤਰਾ ਬਣੇ ਹੋਏ ਹਨ ਅਤੇ ਰੇਤ ਨਾਲ ਭਰੇ ਇਹਨਾਂ ਵਹੀਕਲਾਂ ਦੇ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਹੈ। ਇੱਕ ਅਜਿਹਾ ਹੀ ਹਾਦਸਾ ਅੱਜ ਸਵੇਰੇ ਫਾਜ਼ਿਲਕਾ ਦੇ ਲਾਲ ਬੱਤੀ ਚੌਂਕ 'ਤੇ ਵਾਪਰਿਆ ਜਿੱਥੇ ਰੇਤ ਨਾਲ ਭਰੇ ਓਵਰਲੋਡ ਟਰਾਲੇ ਨੇ ਇੱਕ ਕਾਰ ਅਤੇ ਇੱਕ ਟੈਂਪੂ ਟਰੈਕਸ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਵਹੀਕਲ ਪਿੱਛੇ ਤੋਂ ਨੁਕਸਾਨੇ ਗਏ। ਇਸ ਦੌਰਾਨ ਰੇਤ ਨਾਲ ਭਰੇ ਟਰਾਲਾ ਚਾਲਕ ਅਤੇ ਉਕਤ ਵਹੀਕਲ ਮਾਲਕਾਂ ਅਤੇ ਸਵਾਰੀਆਂ ਵਿਚਕਾਰ ਤੂੰ ਤੂੰ ਮੈਂ ਹੋ ਗਈ ਜੋ ਕਾਫ਼ੀ ਦੇਰ ਤੱਕ ਚੱਲਦੀ ਰਹੀ। ਇਸ ਦੌਰਾਨ ਉਕਤ ਵਹੀਕਲ ਵਿੱਚ ਸਵਾਰ ਇੱਕ ਵਿਅਕਤੀ ਜੋ ਆਪਣੇ ਬੱਚੇ ਦਾ ਸ਼੍ਰੀ ਗੰਗਾਨਗਰ ਵਿਖੇ ਇਲਾਜ ਕਰਵਾਉਣ ਜਾ ਰਿਹਾ ਸੀ ਉਹ ਰੇਤ ਨਾਲ ਭਰੇ ਟਰੈਕਟਰ ਟਰਾਲੇ ਦੇ ਅੱਗੇ ਲੇਟ ਗਿਆ ਜਿਸ ਕਾਰਨ ਲਾਲ ਬੱਤੀ ਚੌਂਕ 'ਤੇ ਕਾਫ਼ੀ ਸਮੇਂ ਲਈ ਆਵਾਜਾਈ ਠੱਪ ਰਹੀ। ਆਓ ਵੇਖਦੇ ਹਾਂ ਨੁਕਸਾਨੇ ਗਏ ਵਹੀਕਲ ਦੀਆਂ ਤਸਵੀਰਾਂ ਜਿਸ ਤੋਂ ਬਾਅਦ ਵਹੀਕਲ ਸਵਾਰ ਅਤੇ ਵਹੀਕਲ ਚਾਲਕ ਜਾਣਕਾਰੀ ਦੇਣਗੇ। ਬਣੇ ਰਹੋ ਇਸ ਵੀਡੀਓ ਦੇ ਆਖਿਰ ਤੱਕ ਪੰਜਾਬ ਬਾਣੀ ਦੇ ਨਾਲ। ਰੋਜ਼ਾਨਾ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਵੇਖਣ ਲਈ ਹਮੇਸ਼ਾ ਵੇਖਦੇ ਰਹੋ ਪੰਜਾਬ ਬਾਣੀ ਵੈੱਬ ਚੈਨਲ। ਮੈਂ ਗੰਗਾਨਗਰ ਮੈਂ ਬੱਚੇ ਲੈ ਰਿਹਾ ਮੇਰੇ ਬੱਚੇ ਦੌਰੇ ਪੈਂਦੇ ਨੇ ਮਿਰਗੀ ਦੇ ਆ ਇੱਥੇ ਚੌਂਕ 'ਚ ਆ ਕੇ ਨਾ ਇਹਨੇ ਗੱਡੀ ਆਪਣਾ ਟਰੈਕਟਰ ਮਾਰਿਆ ਸਾਡੀ ਗੱਡੀ ਦੇ ਵਿੱਚ ਅਤੇ ਮੇਰੇ ਨਾਲ ਡਾਕਟਰ ਹੈਗਾ ਹੈ ਉਹਨੇ ਇਹਨੂੰ ਕਿਹਾ ਵੀ ਆਹ ਅਸੀਂ 6 ਬੰਦੇ ਹੁਣੇ ਮਰ ਚੱਲੇ ਸੀ ਅੱਗੋਂ ਧਮਕੀਆਂ ਦਿੱਤੀ ਜਾਂਦਾ ਮੈਨੂੰ ਕਿਹਾ ਬਾਈ ਮੈਂ ਤਾਂ ਬੱਚਾ ਲੈ ਕੇ ਚੱਲਾਂ ਮੇਰੀ ਮੈਂ ਵੀ ਹੈਂਡੀਕੈਪਟ ਹਾਂ ਮੇਰੀ ਮਿਸਿਜ ਹੈਂਡੀਕੈਪਟ ਨੇ ਅਤੇ ਤੂੰ ਬਾਈ ਗੱਲ ਤਾਂ ਢੰਗ ਨਾਲ ਕਰ ਲੈ ਅੱਗੋਂ ਮੈਨੂੰ ਧਮਕੀ ਦੇ ਕਹਿੰਦਾ ਆ ਜਾ ਫਿਰ ਉੱਥੇ ਵੇਖ ਲੈਂਦਾ ਤੂੰ ਆ ਜਾ ਮੈਨੂੰ ਮਜਬੂਰ ਨੇ ਟਰੈਕਟਰ ਅੱਗੇ ਅੱਗੇ ਲੰਮਾ ਪੈ ਕੇ ਰੋਕਣਾ ਪਿਆ ਤੁਹਾਡੀ ਭਰਪਾਈ ਕਰੇ ਗੱਡੀ ਦਾ ਨੁਕਸਾਨ ਹੋਇਆ ਅੱਗੇ ਵਿਚਾਰਾ ਗੱਡੀ ਲੈ ਕੇ ਚੱਲਿਆ ਸੀ ਕੋਈ ਉਹਦੀ ਗੱਡੀ ਦਾ ਵੀ ਨੁਕਸਾਨ ਹੋ ਗਿਆ ਗੱਡੀ ਡੈਮੇਜ ਹੋ ਗਈ ਪਿੱਛੋਂ ਕਿਹੜੀ ਗੱਡੀ ਸੀ ਤੁਹਾਡੇ ਕੋਲ ਆ ਗੱਡੀ ਛੋਟੀ ਕਾਰ ਹੈਗੀ ਮੈਨੂੰ ਗੱਡੀ ਦਾ ਨਾਮ ਤੁਹਾਨੂੰ ਪਤਾ ਨਹੀਂ ਹੈਗਾ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਉਹਦਾ ਨੁਕਸਾਨ ਪਿੱਛੇ ਸਟਿਫਨੀ ਦੇ ਜਿਹੜਾ ਬੈਕ ਸਾਈਡ ਹੈਗਾ ਉਹ ਫਿਸ ਗਿਆ ਲੋਹਾ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਹੁਣ ਗੰਗਾਨਗਰ ਚੱਲੇ ਸੀ ਨਾਮ ਕੀ ਮੇਰਾ ਨਾਂ ਚੇਮਨ ਸਿੰਘ ਜੀ ਨਿੱਕਾ ਦੇ ਵਾਸਤੇ ਚੱਲੇ ਸੀ ਮੇਰਾ ਬੱਚਾ ਜਿਹੜਾ ਹੈ ਨਾ ਉਹਨੂੰ ਦਿਮਾਗੀ ਮਿਰਗੀ ਦੇ ਦੌਰੇ ਪੈਣ ਲੱਗ ਗਏ 2-3 ਦਿਨ ਤੋਂ ਉਹਨੂੰ ਮੈਂ ਦਾਖਲ ਕਰਨ ਚੱਲਿਆ ਸੀ ਉੱਥੇ ਦਵਾਈ ਵਗੈਰਾ ਲੈ ਇਹਨਾਂ ਨੇ ਵਿੱਚ ਮਾਰੀ ਇਹ ਟਰੈਕਟਰ ਵਾਲੇ ਨੇ ਮਾਰੀ ਉੱਥੇ ਇਹਨਾਂ ਦੇ ਇਹਦੇ ਟਰਾਲੇ ਵਾਲੇ ਵਿੱਚੋਂ ਸਪੀਡ ਨਾਲ ਆ ਰਹੇ ਹੁਣ ਸਾਡੇ ਵਰਗੇ ਦਾ ਚਿਕਮਰ ਨਿਕਲ ਜਾਏਗਾ ਇਹਨਾਂ ਵਾਸਤੇ ਕੋਈ ਐਕਸਟਰਾ ਕਾਨੂੰਨ ਨਹੀਂ ਬਣਦਾ ਕੋਈ ਲਿਮਿਟ ਹੀ ਨਹੀਂ ਹੈਗੀ ਇਹਨਾਂ ਦੀ ਓਵਰਲੋਡ ਲਈ ਜਾਂਦਾ ਦੇਖ ਰਹੇ ਟਰਾਲਾ ਭਰਿਆ ਵਾ ਰੇਤੇ ਦਾ ਟਰਾਲਾ ਭਰਿਆ ਉੱਤੇ ਪਾਣੀ ਪਾਇਆ ਵਾ ਪਿੰਡ ਆ ਜਾ ਫਿਰ ਜਿਹੜਾ ਕੋਈ ਕਰਨਾ ਹੀ ਕਰ ਲੈ ਮਜਬੂਰ ਨੇ ਮੈਨੂੰ ਯਾਰ ਟਰੈਕਟਰ ਥੱਲੇ ਵੜ ਕੇ ਉਹਨੂੰ ਰੋਕਣਾ ਪਿਆ ਟਰੈਕਟਰ ਭਜਾਲ ਚੱਲਿਆ ਸੀ ਮਾਰਿਆ ਸੀ ਪੁੱਲ ਲਿਆ ਬ੍ਰੇਕ ਲੱਗੀ ਨਹੀਂ ਇਹਦੇ ਕੋਲ ਬ੍ਰੇਕ ਲੱਗੀ ਨਹੀਂ ਇਹਦੇ ਕੋਲ ਤੇ ਲਿਆ ਕੇ ਵਿੱਚ ਮਾਰਿਆ ਪਿੱਛੋਂ ਇਹਨੇ ਤੁਸੀਂ ਕਿੱਥੋਂ ਆਏ ਨਾਲਾ ਕਿੱਥੇ ਆ ਨਾਲਾ ਮਾਤੋਂ ਇੰਨਾ ਨੁਕਸਾਨ ਆਇਆ ਤੁਹਾਡਾ ਜੀ ਨੁਕਸਾਨ ਆਪਦਾ ਚੈੱਕ ਕਰਾ ਲੈ ਨੇ ਡਿੱਗੀ ਸਾਰੀ ਖਤਮ ਕਰਤੀ ਟਰਾਲਾ ਓਵਰਲੋਡ ਸੀ ਹਾਂ ਟਰਾਲਾ ਓਵਰਲੋਡ ਸੀ ਕਿੰਨੇ ਨਾਲ ਭਰਿਆ ਰੇਤੇ ਨਾਲ ਫੁੱਲ ਭਰ ਕੇ ਜਾਏ ਕਿੰਨੀਆਂ ਗੱਡੀਆਂ ਨੁਕਸਾਨ ਹੋ ਗਏ ਦੋ ਗੱਡੀਆਂ ਦਾ ਹੋਇਆ ਕਿਹੜੀ ਕਿਹੜੀ ਗੱਡੀ ਜੀ ਈਕੋ ਸਪੋਰਟ ਸੀ ਤੇ ਇੱਕ ਆਪਣੇ ਟਰੈਕ ਸੀ ਤੁਸੀਂ ਕਿੱਥੇ ਜਾ ਰਹੇ ਸੀਗੇ ਜੀ ਹਾਂਜੀ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਮੈਂ ਜਾ ਰਿਹਾ ਹਾਂ ਬੋਰ ਕੀ ਨਾਂ ਹੈ ਜੀ ਆਪਣਾ ਸੋਨੂ ਕੁਮਾਰ ਕਿੱਥੋਂ ਆਏ ਸੀਗੇ ਜੀ ਜਲਾਲਾਬਾਦ